ਸੀ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਦਿੜਬਾ ਯੂਟਿਊਬ ਚੈਨਲ ਦਾ। ਸਾਡੀ ਲੇਜ਼ਰ ਲੇਵਲਰ ਹੈ ਜਿਹੜੀ, ਇਹ ਬਹੁਤ ਹੀ ਅਸੀਂ ਹੈਵੀ ਡਿਊਟੀ ਬਣਾਈ ਹੈ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਮਾੜਾ ਜਿਹਾ ਨੇੜੇ ਆ ਕੇ ਦਿਖਾਇਆ ਜਾਵੇ। ਇੱਕ ਤਾਂ ਪੀਜੂ ਪੇਂਟ ਹੈ ਜੀ, ਤੁਹਾਨੂੰ ਚਮਕ ਦਿਖ ਰਹੀ ਹੋਣੀ ਪੇਂਟ ਦੀ, ਬਿਲਕੁਲ ਹੈਵੀ ਡਿਊਟੀ ਲੇਜ਼ਰ ਲੇਵਲਰ ਬਣਾਇਆ। ਇਹਦੇ ਵਿੱਚ ਡਬਲ ਬੈਂਡ ਹੈ, ਯਾਨੀ ਕਿ ਲੇਜ਼ਰ ਲੇਵਲਰ ਤੁਹਾਡਾ ਲੋਡ ਨਹੀਂ ਲਏਗਾ, ਛੋਟੇ ਟਰੈਕਟਰ 'ਤੇ ਵੀ ਚੱਲੇਗਾ। ਇਹ ਡਬਲ ਬੈਂਡ ਦਿੱਤਾ ਅਸੀਂ ਇਸ ਲਈ ਵੀ ਮਿੱਟੀ ਅੱਧੀ ਤੋਂ ਜ਼ਿਆਦਾ ਜਦੋਂ ਭਰਦੀ ਹੈ ਤੁਹਾਡਾ ਲੋਡ ਨਹੀਂ ਲਏਗਾ। ਇਹਦੇ ਵਿੱਚ ਜਿਹੜੇ ਵੀ ਬੈਰਿੰਗ ਪਾ ਰਹੇ ਹਾਂ ਅਸੀਂ ARB ਕੰਪਨੀ ਦੇ ਪਾ ਰਹੇ ਹਾਂ, ਤੁਹਾਡਾ ਬੈਰਿੰਗ ਨਹੀਂ ਟੁੱਟੇਗਾ ਜੀ। ਇਹ ਜਿਹੜਾ ਮਾਡਲ ਬਣਾਇਆ ਅਸੀਂ ਜਿਗ ਜੈਗ ਬਣਾਇਆ, ਦੋ ਟਾਇਰ ਇੱਕ ਟਾਇਰ ਇੱਥੇ ਆਏਗਾ, ਦੋ ਟਾਇਰ ਸੈਂਟਰ 'ਚ ਆਣਗੇ ਜੀ। ਇਹ ਤੁਹਾਡਾ ਸ਼ੋਕਰ ਵਾਂਗੂ ਕੰਮ ਕਰੇਗਾ, ਜਿਗ ਜੈਗ ਜੈੱਡ ਮਾਡਲ ਬੋਲਦੇ ਨੇ ਇਹਨੂੰ। ਸਭ ਤੋਂ ਹੈਵੀ ਹੈ ਇਹ ਅਤੇ 8.5 ਕੁਇੰਟਲ ਦੀ ਬਕਟ ਹੈ ਜੀ ਇਹ। ਅਤੇ ਉਦੋਂ ਬਾਅਦ ਜਿਹੜੀ ਇਹਦੀ ਸ਼ੀਟ ਯੂਜ਼ ਕਰੀ ਹੈ, ਸਾਰੀ ਟਾਟਾ ਦੀ ਸ਼ੀਟ ਯੂਜ਼ ਕਰੀ ਹੈ ਜੀ ਅਸੀਂ। ਅਤੇ ਉਦੋਂ ਬਾਅਦ ਜਿਹੜਾ ਇਹ ਵੀਰੇ ਦੀ ਮੋਰਨੀ ਹੈ, ਇਹ ਵੀ ਚੋੜੀ ਬਣਾਈ ਹੈ ਅਸੀਂ, ਜਿਵੇਂ ਅੱਜ ਕੱਲ੍ਹ ਕਿਸਾਨ ਮੰਗਦੇ ਨੇਗੇ ਸਾਡੇ ਤੋਂ। ਇਹਦਾ ਬੂਮ ਵੀ ਅਸੀਂ ਦਿਖਾ ਦਿੱਤਾ ਜਾਵੇ ਵੀ ਇਹਦਾ ਬੂਮ ਰੱਖਿਆ, ਜਿਹੜਾ ਲੰਮਾ ਪਸੰਦ ਕਰਦੇ ਨੇ ਲੰਮੇ ਵਾਲਾ ਵੀ ਹੈਗਾ, ਛੋਟਾ ਪਸੰਦ ਕਰਦੇ ਨੇ ਉਹ ਵੀ ਹੈਗਾ ਸਾਡੇ ਕੋਲ। ਅਤੇ ਇਹਦੀ ਕੁਆਲਿਟੀ, ਇਹਦਾ ਲੈਸ ਵੀ ਅਸੀਂ ਕਾਫੀ ਜ਼ਿਆਦਾ ਦੇ ਰਹੇ ਹਾਂ ਤੁਹਾਨੂੰ। ਜਿਹੜੀਆਂ ਬਗਟਾਂ ਤੁਹਾਨੂੰ ਮਾਰਕੀਟ ਦੇ ਵਿੱਚ 3,40,000 ਰੁਪਏ ਦੀਆਂ ਮਿਲ ਰਹੀਆਂ ਨੇ USA ਦੇ ਸਿਸਟਮਾਂ ਨਾਲ, ਅਸੀਂ 2,80,000 ਦੀਆਂ ਦੇ ਰਹੇ ਹਾਂ ਜੀ। ਅਤੇ ਜਿਹੜੇ ਆਮ ਕਰਕੇ ਇੰਡੀਅਨ ਸਿਸਟਮ 2,80 ਦੇ ਲੈ ਰਹੇ ਹੋ, 2,40 ਦੇ, 2,50 ਦੇ, ਅਲੱਗ ਅਲੱਗ ਦੇ ਰਹੇ ਹਾਂ, ਕਾਫੀ ਲੈਸ ਹੈ। ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਡੀ ਫੈਕਟਰੀ ਦੇ ਵਿੱਚ, ਤੁਹਾਨੂੰ ਇਦੋਂ ਬਾਅਦ ਅਸੀਂ ਸਿਸਟਮ ਵੀ ਦਿਖਾ ਦਿੰਦੇ ਹਾਂ। ਸਾਡੇ ਕੋਲ ਹੈਵੀ ਤੋਂ ਹੈਵੀ ਸਿਸਟਮ ਵੀ ਹੈਗੇ ਨੇਗੇ ਵੀਰ ਜੀ। ਸਾਡੇ ਕੋਲ ਸਿਸਟਮ ਨੇਗੇ ਬਾਹਰ ਦੇ, ਜਿਹੜੇ ਕਿ ਬਹੁਤ ਜ਼ਿਆਦਾ ਹੈਵੀ ਡਿਊਟੀ ਨੇਗੇ, ਜਿਹੜੇ ਆਮ ਕਰ ਸਿਸਟਮ ਚੱਲ ਰਹੇ ਉਹਨਾਂ ਨਾਲੋਂ ਕਾਫੀ ਹੈਵੀ ਨੇਗੇ ਅਤੇ ਕਾਫੀ ਐਕਸਟਰਾ ਟੈਕਨੋਲੋਜੀ ਹੈ ਇਹ। ਤੁਹਾਨੂੰ ਦਿਖਾਉਂਦੇ, ਇੱਕ ਤਾਂ ਇਹ ਪਾਵਰ ਬੈਂਕ ਨਾਲ ਚੱਲਦਾ ਜੀ, ਇੱਕ ਇਹਦੇ ਵਿੱਚ ਵੀਰੇ ਡਿਜੀਟਲ ਸੈਂਸਰ ਨੇਗੇ। ਇਹਦੇ ਵਿੱਚ 300 ਸੈਂਸਰ ਹੈ, ਜਿਵੇਂ ਆਮ ਦੇ ਵਿੱਚ 90 ਸੈਂਸਰ ਹੁੰਦੇ ਨੇ ਨਾ, ਇਹਦੇ 4 ਪਲੇਟਾਂ ਨੇ ਸੈਂਸਰ ਦੀਆਂ। ਕਾਫੀ ਹੈਵੀ ਡਿਊਟੀ ਮਾਡਲ ਹੈ ਇਹ ਯਾਨੀ ਕਿ ਵੱਡੀ ਲਾਈਨ ਦੇ ਨੀਚੇ ਵੀ ਕੰਮ ਕਰਦਾ, ਕਿਉਂਕਿ ਐਲਮੀਨੀਅਮ ਦੀ ਬੋਡੀ ਹੈ ਜੀ ਇਹਦੀ। ਅਤੇ ਉਦੋਂ ਬਾਅਦ ਜਿਹੜੀ ਇਹਦੀ ਲੇਜ਼ਰ ਹੈ, ਇਹ ਪਾਵਰ ਬੈਂਕ ਨਾਲ ਚੱਲਦੀ ਹੈ ਜੀ, 50 ਘੰਟੇ ਬੈਕਅਪ ਹੈ ਇਹਦਾ ਪਾਵਰ ਬੈਂਕ ਨਾਲ। ਫਿਰ ਇਹ ਲੇਬਲ ਵੀ ਨਹੀਂ ਕਦੇ ਉਲਟ ਹੁੰਦਾ ਤੁਹਾਡਾ ਜੀ, ਇਹ ਹਵਾ ਤੂਫਾਨ 'ਚ ਵੀ ਚੱਲਦੀ ਹੈ, ਤੁਹਾਨੂੰ ਚਲਾ ਕੇ ਵੀ ਦਿਖਾਊਂਗਾ ਮੈਂ। ਅਤੇ ਜਿਹੜਾ ਇਹਦਾ ਕੰਟਰੋਲ ਬੋਕਸ ਹੈ ਜੀ, ਇਹਦੇ ਵਿੱਚ ਕੋਰਸ 'ਤੇ ਚੱਲਦੇ ਨੇ ਸਾਰੇ, ਇਹ ਫਾਈਨ 'ਤੇ ਵੀ ਹੈ, ਤੁਸੀਂ ਲੇਬਲ ਵੀ ਚੈੱਕ ਕਰ ਸਕਦੇ ਹੋ ਫਾਈਨ 'ਤੇ ਕਰਕੇ, ਇੱਕ ਐਕਸਟਰਾ ਬੱਤੀ ਚੱਲ ਜਾਂਦੀ ਉਹਦੇ ਵਿੱਚ ਹਰੇ ਕਲਰ ਦੀ। ਅਤੇ ਇਹਦੇ 'ਚ ਫਿਊ ਸਿਸਟਮ ਵੀ ਲੱਗਿਆ ਹੋਇਆ ਵੀਰੇ ਸਾਰਾ। ਬਾਕੀ ਤੁਹਾਨੂੰ ਮੈਂ ਲੇਜ਼ਰ ਔਨ ਕਰਕੇ ਵੀ ਦਿਖਾਉਂਦਾ, ਯਾਨੀ ਕਿ ਇਹਦੀ ਜਿਹੜੀ ਲੇਜ਼ਰ ਹੈ ਤੁਹਾਨੂੰ, ਜਿਹੜੀ ਆਮ ਕਰਕੇ ਲੇਜ਼ਰਾਂ ਹੁੰਦੀਆਂ ਨੇ ਗੀਆਂ ਉਹ ਬੰਦ ਹੋ ਜਾਂਦੀਆਂ ਨੇ ਜਦੋਂ ਆਪਾਂ ਚਲਾਉਂਦੇ ਹਾਂ। ਅਤੇ ਇਹਦੇ ਵਿੱਚ ਵਾਈਬ੍ਰੇਟ ਮੋਡ ਹੈ ਵੀਰੇ, ਅਤੇ ਇਹ ਤੁਹਾਡਾ ਜਦੋਂ ਵੀ ਚੱਲੂਗੀ ਨਾ, ਇਹ ਬੰਦ ਨਹੀਂ ਹੋਊਗੀ ਤੁਹਾਡੀ, ਇਹ 'ਚ ਵਾਈਬ੍ਰੇਟ ਮੋਡ ਹੈ। ਆਮ ਕਰਕੇ ਲੇਜ਼ਰਾਂ ਸਾਰੀਆਂ ਬੰਦ ਹੋ ਜਾਂਦੀਆਂ ਨੇ ਗੀਆਂ ਜਦੋਂ ਹਵਾ ਚੱਲਦੀ ਹੈ, ਅਤੇ ਉਹਨਾਂ ਦੇ ਲੇਬਲ ਵੀ ਆਟ ਹੋ ਜਾਂਦੇ ਨੇ, ਤਾਂ ਲੇਬਲ ਵੀ ਨਹੀਂ ਆਟ ਹੁੰਦਾ ਵੀਰੇ। ਅਤੇ ਤੁਹਾਨੂੰ ਮੈਂ ਦਿਖਾਉਂਦਾ, ਇਹ ਲੇਜ਼ਰ ਦੇਖੋ ਔਨ ਹੋ ਗਈ ਜੀ, ਔਨ ਹੋਣ ਤੋਂ ਬਾਅਦ ਇਹ 'ਚ ਵਾਈਬ੍ਰੇਟ ਮੋਡ ਲਾਤਾ। ਆਹ ਦੇਖੋ, ਜਿਵੇਂ ਥੱਪੜ ਮਾਰਾਂਗੇ ਆਪਾਂ ਬੰਦ ਨਹੀਂ ਹੁੰਦੀਆਂ ਲੇਜ਼ਰ ਇਹ, ਆਹ ਦੇਖੋ, ਯਾਨੀ ਕਿ ਆਮ ਕਰਕੇ ਲੇਜ਼ਰ ਬੰਦ ਹੋ ਜਾਂਦੀ ਹੈ ਜਿਵੇਂ ਹਵਾ ਤੂਫਾਨ ਦੇ ਵਿੱਚ, ਅੰਧੇਰੀ ਦੇ ਵਿੱਚ, ਇਹ ਲੇਜ਼ਰ ਤੁਹਾਡੀ ਬੰਦ ਨਹੀਂ ਹੋਊਗੀ ਜਿਵੇਂ ਮਰਜ਼ੀ ਚਲਾਈ ਜਾਓ। ਅਤੇ ਜਿੰਨੀ ਮਰਜ਼ੀ ਹਵਾ ਆਵੇ, ਹਨੇਰੀ ਆਵੇ, ਅਤੇ ਇਹਨੂੰ ਦਿਨ ਰਾਤ ਚਲਾਓ ਜੀ। ਅਤੇ ਫੁੱਲੀ ਵਾਟਰਪਰੂਫ ਸਿਸਟਮ ਹੈ, ਇਹਦੇ 'ਚ ਐਕੋਰੇਸੀ ਵੀ ਜ਼ਿਆਦਾ, ਕਿਉਂਕਿ ਸੈਂਸਰ ਇਹਦੇ ਬਹੁਤ ਬਰੀਕ ਨੇ, ਜ਼ਿਆਦਾ ਸੈਂਸਰ ਨੇ ਇਹਦੇ ਵਿੱਚ, ਐਕੋਰੇਸੀ ਵੀ ਤੁਹਾਨੂੰ 0 ਦਊਗੀ। ਅਤੇ ਤੁਹਾਡਾ ਕਦੇ ਸੈੱਟ ਛੇਤੀ ਛੇਤੀ ਖਰਾਬ ਨਹੀਂ ਹੋਊਗਾ ਜੀ, 10 ਸਾਲ ਹੋ ਗਏ ਸਾਨੂੰ ਵੇਚਦਿਆਂ ਨੂੰ, ਅੱਜ ਤੱਕ ਕੋਈ ਸਿਸਟਮ ਨਹੀਂ ਖਰਾਬ ਹੋਇਆ ਇਹ। ਅਤੇ ਇਹਦੀ ਐਕਸਪੋਰਟ ਕੁਆਲਿਟੀ ਦੇ ਸਿਸਟਮ ਨੇ ਵੀਰੇ, ਜਿਹਨੇ ਵੀ ਲੈਣਾ ਹੁਣ ਅਸੀਂ ਇਹਦੇ ਡਿਸਕਾਊਂਟ ਵੀ ਦੇ ਰਹੇ ਹਾਂ ਜੀ। 3,40,000 ਵਾਲਾ ਸਿਸਟਮ ਹੈ ਜਿਹੜਾ, 2,80,000 ਦੇ ਵਿੱਚ ਦੇ ਰਹੇ ਹਾਂ। ਜਿਹੜੇ ਭਰਾ ਨੇ ਲੈਣਾ ਹੁਣੀ ਕੰਟੈਕਟ ਕਰੇ ਸਾਡੇ ਤੋਂ ਜਲਦੀ ਜੀ ਇਹ।